ਲਿਖਾਓ ਬਈ ਆਪਣੀ ਆਪਣੀ ਸ਼ਿਕਾਇਤ ਲਿਖਾਓ। ਉਹ ਲਿਖਾਓ ਕਿ ਚੇਅਰਮੈਨ ਸਾਹਿਬ ਉੱਠੋ ਮੇਰੇ ਨਾਲ ਥਾਣੇ ਚਲੋ, ਟਕੇ ਦਾ ਫਾਇਦਾ ਨਹੀਂ ਹੋਇਆ ਤੁਹਾਡੀ ਚੇਅਰਮੈਨੀ ਦਾ। ਇਹਦੇ ਨਾਲ ਚੰਗਾ ਸੀ ਅਸੀਂ ਖੰਬੇ ਨੂੰ ਚੇਅਰਮੈਨ ਬਣਾ ਲੈਂਦੇ। ਉੱਥੇ ਹੁਣ ਦੇ ਲਓ ਖੰਬੇ ਨੂੰ ਵੋਟ, ਸਾਰੀ ਜ਼ਿੰਦਗੀ ਜਿਹੜੀ ਖੰਬੇ ਥੱਲੇ ਖਲੋ ਕੇ ਲੰਘਾਈ ਜੇ, ਇਹ ਵੀ ਟਾਈਮ ਕਢਾ ਲਵੋ। ਹੱਦ ਹੋ ਗਈ ਹੈ ਤੁਹਾਡੇ ਵਾਲੀ। ਉਹ ਖਾਜਾ ਤੁਹਾਡੀ ਇੱਕ ਖਿਦਮਤ ਕਰਦਾ, ਆਪ ਹੱਥੀ ਦਰਖਾਸਤਾਂ ਲਿਖਦਾ, ਹੱਥੀ ਤੁਹਾਡੀਆਂ ਸ਼ਿਕਾਇਤਾਂ ਲਿਖਦਾ। ਗੌਰਮੈਂਟ ਵੱਲੋਂ ਨਾ ਕੋਈ ਪੀਏ ਮਿਲੇ ਆ, ਨਾ ਕੋਈ ਅਸਿਸਟੈਂਟ, ਨਾ ਕੋਈ ਦਰਖਾਸਤ ਲਿਖਣ ਵਾਲਾ ਬੰਦਾ, ਆਪ ਤਾਂ ਮਿਹਨਤ ਕਰਨੀ ਆ। ਆ ਮੇਰੇ ਨਾਲ ਪਹਿਲੇ ਜਿਹੜਾ ਚੇਅਰਮੈਨ ਸੀ ਉਹਨੂੰ ਤਾਂ ਲਿਖਣਾ ਵੀ ਨਹੀਂ ਸੀ ਆਉਂਦਾ। ਅੱਜ ਖਾਜਾ ਤੁਹਾਡੀ ਖਿਦਮਤ ਕਰ ਰਿਹਾ ਤੇ ਤੂੰ ਖੰਬੇ ਨੂੰ ਚੇਅਰਮੈਨ ਬਣਾਉਣੇ ਆ। ਜਾਓ ਜਾ ਕੇ ਬਣਾ ਲਵੋ ਖੰਬੇ ਨੂੰ ਚੇਅਰਮੈਨ, ਉਸੇ ਖੰਬੇ ਨਾਲ ਲੱਗ ਕੇ ਤੂੰ ਫੁੜਕ ਕੇ ਡਿੱਗਣਾ। ਅਦਵਾਵਾਂ ਦੇਣ ਡੇ ਹੋ ਤੁਸੀਂ ਚੇਅਰਮੈਨ ਹੈ ਕਿ ਮਾਈ ਤੰਦੂਰ ਵਾਲੀ ਹੋ। ਹਾਏ ਖਾਜਾ ਸਾਹਿਬ, ਮੇਰੇ ਅੰਦਰੋਂ ਨਿਕਲਣ ਵਾਲੀ ਹਾਏ ਨੀ ਸੁਣ ਰਹੇ। ਉਹ ਸੋਨਾ ਪਿਆ ਖਾਜਾ ਬੋਲਾ ਨੀ ਹੈਗਾ। 6 ਮਹੀਨੇ ਤੋਂ ਮੈਂ ਤੁਹਾਨੂੰ ਕਹਿ ਰਿਹਾ ਸੀ ਉਹ ਖੱਡਾ ਸਹੀ ਕਰਾ ਦਿਓ, ਆਖਿਰ ਮੈਂ ਮੋਟਰਸਾਈਕਲ ਸਲਿਪ ਹੋ ਕੇ ਖੱਡੇ ਦੇ ਵਿੱਚ ਡਿੱਗ ਪਿਆ। ਓਏ ਆਹੋ ਤੇ ਕੀ ਕਰੀਏ ਫਿਰ, ਗੌਰਮੈਂਟ ਨਹੀਂ ਦਿੰਦੀ ਵੀ ਪੈਸੇ, ਕੀ ਕਰੀਏ। ਖਾਜੇ ਨੇ ਤੇ ਆਪਣਾ ਘਰ ਦਾ ਮਲਬਾ ਚੁੱਕ ਕੇ ਤੇ ਖੱਡੇ 'ਚ ਪਾਇਆ, ਨਹੀਂ ਸਰਕਾਰੀ ਬਜਰੀ ਲੁੱਕ ਦੇਣ ਡੇ ਅਗਲੇ, ਤੇ ਕੀ ਕਰੀਏ। ਦਫ਼ਤਰ ਵੀ ਗਏ ਆ ਜਾ ਕੇ ਉਹਨਾਂ ਨੂੰ ਖਿਆ ਕਿ ਉਹ ਥੋੜੀ ਜਿਹੀ ਬਜਰੀ ਤੇ ਥੋੜੀ ਜਿਹੀ ਲੁੱਕ ਦੇ ਦਿਓ। ਅਫਸਰ ਨੇ ਅੱਗੋਂ ਇਹੋ ਜਿਹੀ ਲੁੱਕ ਕਰਾਈ ਏ ਕਿ ਖਾਜਾ ਕੰਨ ਲਪੇਟ ਕੇ ਬਾਹਰ ਨਿਕਲਿਆ। ਖਾਜੇ ਨੂੰ ਪਤਾ ਲੱਗ ਗਿਆ 2 ਮਿੰਟ ਹੋਰ ਇੱਥੇ ਖਲੋਤੇ ਤੇ ਚੇਅਰਮੈਨ ਨਹੀਂ ਰਹਿਣਾ। ਆਪਣੇ ਘਰ ਦਾ ਮਲਬਾ ਪਾ ਕੇ 2 ਵਾਰੀ ਖੱਡਾ ਪੂਰਿਆ, ਫਿਰ ਲੋਕੀ ਲੰਘਦੇ ਨੇ ਖੱਡਾ, ਫਿਰ ਉਂਝ ਬਾਹਰ ਨਿਕਲ ਆਉਂਦਾ ਹੈ। ਇਹ ਤੇ ਬੱਚੇ ਗੱਲਾਂ ਕਰਦੇ ਫਿਰਦੇ ਆ ਵੀ ਖਵਾਜਾ ਸਾਹਿਬ ਨੇ ਆਪਣੇ ਘਰ ਦਾ ਮਲਬਾ ਸਾਡੇ ਤੇ ਪਾਤਾ। ਓ ਪੁੱਤਰ, ਓ ਬਾਲੀ, ਕੀ ਗੱਲਾਂ ਕਰਨ ਦੇ ਆ? ਮੈਂ ਕਿਹੜਾ ਮਲਬਾ ਪਾਇਆ, ਮੈਂ ਤੇ ਖਿਦਮਤ ਕਰਨ ਦੇ ਆ ਤੁਹਾਡੀ, ਹੋਰ ਕੀ ਖਾਜਾ ਹੁਣ ਤੁਹਾਡੀਆਂ ਪਿੰਨੀਆਂ ਕੁੱਟੇ। ਇਹ ਗੱਲ ਵੱਡੇ ਦੀ ਨਹੀਂ ਹੈਗੀ, ਇਹਨੇ ਤੇ ਉਰੇ ਬਾਈਕ ਵੀ ਆਪਣੇ ਪੜਦਾਦੇ ਦੀ ਨਿਸ਼ਾਨੀ ਰੱਖੀ। ਉਹ ਬਾਈਕ ਦੀ ਇਹ ਹਾਲਤ ਹੋ ਗਈ ਇਹ ਕਿ ਜਦੋਂ ਵੀ ਬਾਈਕ ਦੇ ਉੱਤੇ ਬਹਿੰਦਾ, ਬਾਈਕ ਵਿਚਾਰੀ ਮੂੰਹੋਂ ਕਹਿੰਦੀ ਹੈ ਇਹ ਬਾਈਕ ਲਾਹੂਤੀ, ਇਸ ਰਾਈਡ ਸੇ ਬਹੁਤ ਅੱਛੀ, ਜਿਸ ਰਾਈਡ ਸੇ ਗੰਜੀ ਹੋ ਜਾਏ ਦੋਨੋਂ ਪਹੀਓਂ ਕੀ ਗਰਾਰੀ। ਕਈਆਂ ਸਾਲਾਂ ਤੋਂ ਮੈਂ ਖਾਜਾ ਸਾਹਿਬ ਮੋਟਰਸਾਈਕਲ ਚਲਾ ਰਿਹਾ, ਉਦੋਂ ਤਾਂ ਮੋਟਰਸਾਈਕਲ ਨੇ ਮੈਨੂੰ ਕੁਛ ਨਹੀਂ ਕਿਹਾ, ਖੱਡੇ ਦੀ ਵਜ੍ਹਾ ਤੋਂ ਮੈਂ ਸਲਿਪ ਹੋਇਆ। ਮੈਂ ਤੁਹਾਨੂੰ ਕਹਿੰਦਾ ਰਿਹਾ ਕਿ ਖੱਡਾ ਇੱਕ ਨਾ ਇੱਕ ਦਿਨ ਬੰਦੇ ਨੂੰ ਕਿਸੇ ਨੂੰ ਲਏਗਾ। ਖੱਡਾ ਕਿ ਨਹਿਰ ਹੈ ਜਿਹੜਾ ਬੰਦਾ ਲਏਗਾ, ਐਵੇਂ ਫਜ਼ੂਲ ਆਪਣੇ ਮੋਟਰਸਾਈਕਲ ਕੀ ਕਮਜ਼ੋਰੀ ਖੱਡੇ ਪੇ ਮਤ ਡਾਲੋ। ਉਹ ਖਵਾਜਾ ਸਾਹਿਬ ਚਿੱਟੇ ਦਿਨ ਮੇਰੇ ਕੋਲ ਮੋਬਾਈਲ ਤੇ ਚਾਰਜਰ ਖੋ ਕੇ ਲੈ ਗਿਆ, ਅਗਲਾ ਉੱਠੋ ਮੇਰੇ ਨਾਲ ਥਾਣੇ ਚਲੋ। ਉਹ ਪੁੱਤਰ, ਤੂੰ ਤੇ ਅੱਧੀ ਰਾਤ ਵੀ ਫਿਰੰਡੇ ਆਉਂਦਿਆਂ ਨੇ ਚਿੱਟਾ ਦਿਨ ਨੇ, ਉਹ ਥਾਣੇਦਾਰ ਐਡਾ ਕੱਬਾ ਜੀ ਆ ਕੇ ਲੱਗ ਗਏ ਆ, ਉਹ ਗੱਲ ਹੀ ਨਹੀਂ ਸੁਣਦਾ। ਉਹ ਕਹਿੰਦਾ ਚੱਲ ਜਾ ਚੇਅਰਮੈਨ ਹੋਏਗਾ ਤੇ ਆਪਣੀ ਗਲੀ ਚ ਹੋਏਗਾ। ਉਹ ਮੈਂ ਕਿਹਾ ਚੇਅਰਮੈਨ ਆਪ ਤੇਰੇ ਕੋਲ ਚੱਲ ਕੇ ਆਇਆ, ਕਹਿੰਦਾ ਚੱਲ ਕੇ ਹੀ ਆਉਂਦਾ, ਹੋਰ ਕੀ ਚੇਅਰਮੈਨ ਰਿਰ ਕੇ ਆਉਂਦਾ। ਖਵਾਜਾ ਸਾਹਿਬ, ਨਾ ਤੁਹਾਡੀ ਥਾਣੇ ਵਾਲੇ ਸੁਣਦੇ ਨੇ, ਨਾ ਲੁੱਕ ਬਜਰੀ ਵਾਲੇ ਸੁਣਦੇ ਨੇ, ਚੇਅਰਮੈਨ ਤੁਸੀਂ ਧੁੱਪ ਸੇਕਣ ਲਈ ਬਣੇ ਹੋ। ਦੇਖੋ ਨਾ ਜਰਾ, ਦੇਖੋ ਜਰਾ, ਇੱਕ ਵੋਟ ਦਿੱਤਾ ਇੱਕ ਤੇ ਚੇਅਰਮੈਨ ਦੀ ਧੁੱਪ ਵੀ ਇਹਨਾਂ ਨੂੰ ਚੁੱਭਣ ਡਈ। ਮੈਂ ਤੁਹਾਨੂੰ ਇਹ ਕਹਿ ਰਿਹਾ ਖੱਡੇ ਦਾ ਕੁਛ ਕਰ ਲਓ, ਮੈਂ ਫਿਰ ਡਿੱਗਾਂਗਾ। ਉਹ ਜੂਰੀ, ਤੇਰਾ ਤੇ ਉਸ ਬੰਦੇ ਵਾਲਾ ਹਿਸਾਬ ਹੋ ਗਿਆ ਜਿਹੜਾ ਘਰੋਂ ਨਿਕਲਦੇ ਕੇਲੇ ਦਾ ਛਿਲੜ ਵੇਖ ਕੇ ਕਹਿੰਦਾ ਲਓ ਅੱਜ ਫਿਰ ਡਿੱਗਾਂਗੇ। ਮੇਰਾ ਪਿੰਡ ਹੀ ਨਹੀਂ ਇਹਦਾ ਮੋਟਾ, ਇਹਦਾ ਦਿਮਾਗ ਵੀ ਮੋਟਾ। ਉਹ ਬੰਦਾ ਪੁੱਛੇ ਤੂੰ ਘਰੋਂ ਜਦੋਂ ਨਿਕਲਣਾ ਤੈਨੂੰ ਪਤਾ ਅੱਗੇ ਖੱਡਾ,
ਸੱਜੇ ਖੱਬੇ ਹੋ ਕੇ ਨਿਕਲ ਜਾ, ਜਿਹਦੇ ਪੈਸੇ ਦੇਣੇ ਹੁੰਦੇ ਨੀ ਉਹਦੇ ਕੋਲੋਂ ਵੀ ਤੇ ਸੱਜੇ ਖੱਬੇ ਹੋ ਕੇ ਨਿਕਲ ਜਾਂਦਾ। ਉਹ ਤੁਹਾਡੇ ਆਈਡੀ ਕਾਰਡ ਕੇ ਉੱਪਰ ਐਡਰੈਸ ਗੁਲਸ਼ਨਪੁਰਾ ਲਿਖਾ ਹੁਆ ਹੈ, ਤੁਮ ਕੌਣ ਸੇ DHA ਮੇ ਰਹਤੇ ਹੋ? ਅਬ ਤੁਹਾਡੀ ਰਿਹਾਇਸ਼ ਖੰਡੋਂ ਵਾਲੇ ਇਲਾਕੇ ਮੇ ਹੈ, ਇਸਮੇ ਖਾਜੇ ਕਾ ਕਿਆ ਕਸੂਰ ਹੈ? ਖਵਾਜਾ ਸਾਹਿਬ, ਸਾਰਾ ਕਸੂਰ ਹੀ ਤੁਹਾਡਾ ਹੈ। ਤੁਹਾਨੂੰ ਕਿੰਨੇ ਅਰਸੇ ਤੋਂ ਕਹਿਣ ਡਿਆ, ਓਏ ਗਟਰਾਂ ਦੇ ਢੱਕਣਾਂ ਦਾ ਕੁਝ ਕਰ ਲਓ। ਇਹ ਗਟਰਾਂ ਦੇ ਢੱਕਣ ਉਹ ਨਸ਼ਈ ਚੁੱਕ ਕੇ ਲੈ ਜਾਂਦੇ ਨੇ, ਇਹ ਗਟਰ ਮੌਤ ਦੇ ਖੂਹ ਬਣ ਚੁੱਕੇ ਨੇ, ਕੋਈ ਪੁਰਸਾਨੇ ਹਾਲ ਨਹੀਂ ਹੈਗਾ ਮਹੱਲੇ ਦਾ। ਓ ਮੇਰੇ ਆ ਮਾਲਕਾ, ਓਏ ਗਟਰਾਂ ਦਾ ਜ਼ਿੰਮੇਦਾਰ ਵੀ ਹੁਣ ਚੇਅਰਮੈਨ ਹੀ ਹੈ। ਆਜਾ ਸਾਹਿਬ, ਮੁਹੱਲੇ ਕੇ ਮਸਾਇਲ ਹੱਲ ਕਰਨਾ ਆਪਕੀ ਜ਼ਿੰਮੇਦਾਰੀ ਹੈ, ਚੇਅਰਮੈਨ ਕਿਉਂ ਮੁੰਤਖਬ ਹੋਏ ਹੈ ਆਪ ਫਿਰ? ਹਾਂ ਤੋ ਔਰ ਕੀ? ਓਏ ਆਹੋ ਜੀ, ਪਹਿਲੇ ਖੱਡੇ ਦਾ ਤੇ ਮਸਲਾ ਹੱਲ ਹੋ ਲਵੇ। ਓ ਖੱਡਾ ਗਿਆ ਖੱਡੇ ਦੇ ਵਿੱਚ, ਗਟਰ ਦੇ ਢੱਕਣ ਗਿਆ ਵੇ, ਗਟਰ 'ਚ ਐਡਾ ਭੈੜਾ ਡਿੱਗਿਆ ਵਾ, ਚਾਰ ਵਾਰੀ ਨਾ ਬੈਠਾ ਵਾ, ਸਮੈਲ ਹਲੇ ਤੱਕ ਨਹੀਂ ਜਾਣ ਡਈ। ਓਏ ਟਿਬਰੀ, ਤੂੰ ਸਾ ਗਟਰ 'ਚ ਡਿੱਗਾ, ਬਾਹਾਂ ਤਾਂ ਕਰਕੇ ਬਾਹਾਂ ਲਾਣ ਡਿਆ। ਓਏ ਆਹੋ ਲਓ, ਮੈਂ ਸਮਝਿਆ ਕੋਈ ਸਫ਼ਰ 'ਤੇ ਚੱਲਿਆ ਤੇ ਬਾਹਾਂ ਤਾਂ ਕਰਕੇ ਬਾਏ ਬਾਏ ਕਰ ਰਿਹਾ। ਓਏ ਉਹ ਤੇ ਸ਼ੁਕਰ ਹੈ ਜਵਾਨੀ 'ਚ ਗਟਰਾਂ 'ਚ ਸਤਰਬੜੀ ਗੇਂਦ ਕੱਢਣ ਦਾ ਤਜਰਬਾ ਹੈਗਾ ਸੀ, ਐਕਸਪੀਰੀਅੰਸ ਨਾਲ ਬਾਹਰ ਆ ਗਿਆ, ਨਹੀਂ ਤੇ ਕਹਾਣੀ ਮੁੱਕ ਚੱਲੀ ਸੀ। ਓਏ ਆਹੋ ਤੋ ਆਪ, ਅਗਰ ਕਹਾਣੀ ਜਾ ਰਹੀ ਉਹ ਸਾਰੀ ਹੈ ਤੇ ਰੋਣਾ ਕਿਸ ਗੱਲ ਦਾ? ਓਏ ਐ ਵੇਖੋ, ਝਰੀਟਾਂ ਆਈਆਂ ਹੋਈਆਂ ਨੇ ਗਟਰ ਦੀ ਵਜ੍ਹਾ ਤੋਂ। ਓਏ ਆਹੋ ਤੇ ਮੇਰਾ ਪੁੱਤਰ ਗਟਰ 'ਚ ਡਿੱਗੀ ਤੇ ਝਰੀਟਾਂ ਹੀ ਆਉਂਦੀਆਂ ਨੇ, ਹੋਰ ਕੀ ਆਮਦਨ ਹੁੰਦੀ ਹੈ? ਤੁਸੀਂ ਖਿਆਲ ਨਾ ਕਰਨਾ, ਗਰੀਬਾਂ ਦੇ ਮੂੰਹ ਛਿੱਲੇ ਗਏ ਨੇ। ਓਏ ਆਹੋ ਬੇਟੇ, ਸ਼ੁਕਰ ਕਰੋ ਜਿਸ ਗਟਰ ਮੇ ਗਿਰੇ ਹੋ ਵਹੀਂ ਸੇ ਬਾਹਰ ਆ ਗਏ ਹੋ, ਨਹੀਂ ਤੇ ਕਈ ਬੰਦੇ ਤੇ ਇੱਥੋਂ ਡਿੱਗ ਕੇ ਤੇ ਅਗਲੇ ਗਟਰ 'ਚੋਂ ਨਿਕਲਦੇ ਨਹੀਂ। ਖਵਾਜਾ ਸਾਹਿਬ, ਇਹਨਾਂ ਦੇ ਛੋਟੇ ਛੋਟੇ ਮਸਲੇ ਨੇ, ਮੇਰਾ ਬੜਾ ਅਹਿਮ ਮਸਲਾ ਉਹ ਤੇ ਹੱਲ ਕਰੋ। ਅਹਿਮ ਕਿਆ ਬੇਟੇ, ਤੁਹਾਡੀ ਯੂਕਰੇਨ 'ਚ ਜੰਗ ਲੱਗ ਗਈ ਹੈ। ਉਹ ਸਮਝੋ ਸਾਡੀ ਜੰਗ ਹੀ ਲੱਗ ਗਈ ਹੈ ਖਵਾਜਾ ਸਾਹਿਬ, ਡਾਕੂ ਮੇਰੇ ਬੂਹੇ ਅੱਗੋਂ ਮੇਰਾ ਫੋਨ ਖੋ ਕੇ ਲੈ ਗਿਆ। ਔਰ ਕਿਆ, ਡਾਕੂ ਆਪਕੋ ਕਹਤੇ ਕਿ ਗਲੀ ਕੀ ਨੁਕਰ ਪੇ ਆਏ ਹਮਨੇ ਮੋਬਾਈਲ ਛੀਨਨਾ ਹੈ। ਚਲੋ, ਗੁਲਸ਼ਨਪੁਰੇ 'ਚ ਵਾਰਦਾਤਾਂ ਵੀ ਸ਼ੁਰੂ ਹੋ ਗਈਆਂ ਨੇ। ਓ ਯਾਰ, ਇਹ ਉਹੀ ਗੁਲਸ਼ਨਪੁਰ ਹੈ ਜਿੱਥੇ ਲੋਕੀ ਰਾਤ ਨੂੰ ਗਲੀਆਂ 'ਚ ਬਾਹਰ ਸੌਂਦੇ ਹੁੰਦੇ ਸਨ। ਓਏ ਆਹੋ ਤੇ ਹੁਣ ਵੀ ਸੌਵੋ, ਹੁਣ ਕਿਹੜਾ ਗਲੀ ਤੰਗ ਤੇ ਮੰਜੀ ਖੁੱਲੀ ਹੋ ਗਈ ਹੈ। ਓ ਖਵਾਜਾ ਸਾਹਿਬ, ਕਿੱਥੇ ਸੋਈਏ ਗਲੀਆਂ 'ਚ, ਹੁਣ ਜਾਗਦਿਆਂ ਦੇ ਫੋਨ ਖੋ ਕੇ ਲਿਆਈਂਦੇ ਨੇ ਅਗਲੇ, ਤੇ ਸੁੱਤਿਆਂ ਨੂੰ ਕਿਉਂ ਜੀ ਚੁੱਕ ਕੇ ਲਿਆਈਂਗੇ? ਬਾਲੀ, ਤੇਰਾ ਤੇ ਸਿਰਫ ਫੋਨ ਖੋ ਕੇ ਲੈ ਕੇ ਗਏ ਨੇ, ਇੱਧਰ ਵੇਖ, ਮੇਰਾ ਬਾਜ਼ੂ ਵੀ ਟੁੱਟ ਗਿਆ ਈ ਤੇ ਮੋਟਰਸਾਈਕਲ ਵੀ ਟੁੱਟ ਗਿਆ। ਅਜੂਰੀ, ਤੇਰੀ ਕਿਹੜੀ ਬਾਂਹ ਪਹਿਲੀ ਵਾਰ ਟੁੱਟੀ? ਪਿਛਲੇ ਸਾਲ ਵੀ ਤੇਰੇ ਸਾਲੇ ਤੈਨੂੰ ਕੁੱਟ ਕੇ ਗਏ ਤੇ ਲੱਤ ਟੁੱਟ ਗਈ ਤੇਰੀ। ਉਹ ਖਾਲੀ ਫੋਨ ਨੇ, ਚਾਰਜਰ ਵੀ ਲੈ ਗਏ ਨੇ ਮੇਰਾ, ਉਹ ਜੈਨੂਇਨ ਚਾਰਜਰ ਸੀ ਬਰੀਕ ਪਿੰਨ ਵਾਲਾ। ਜਾ ਮਾਰਕੀਟ 'ਚ ਪਤਾ ਜਾ ਕਰ, ਬਰੀਕ ਪਿੰਨ ਵਾਲਾ ਅਸਲੀ ਚਾਰਜਰ ਲੱਭਦਾ ਈ, ਰੋਵੇਂ ਮੋਟਰਸਾਈਕਲ ਨੂੰ ਤੇ ਬਾਂਹ ਨੂੰ। ਉਹ ਖਵਾਜਾ ਸਾਹਿਬ, ਉੱਠੋ, ਤੁਹਾਡੀ ਬੜੀ ਮਿਹਰਬਾਨੀ, ਥਾਣੇ ਚਲੋ, ਜਾ ਕੇ ਉੱਥੇ ਮੇਰੀ ਰਿਪੋਰਟ ਲਿਖਾਓ। ਇਹ ਮੁੰਡਾ ਨਹੀਂ ਮੁਰਨ ਦੇ ਆ, ਇਹਨੇ ਪਹਿਲੇ ਮੋਬਾਈਲ ਗਵਾਇਆ, ਇਹਨੇ ਚੇਅਰਮੈਨ ਵੀ ਗਵਾ ਲੈਣਾ। ਉਹ ਯਾਰ ਬੱਲੋ, ਤੈਨੂੰ ਦੱਸਿਆ ਥਾਣੇਦਾਰ ਬੜਾ ਕੱਬਾ ਆਦਮੀ ਹੈ, ਕਲੀਨ ਸ਼ੇਵ, ਮਗਰ ਤਬੀਅਤ ਉਹਦੀ ਭਲਵਾਨਾ ਵਾਲੀ ਹੈ, ਉਹਨੇ ਐਵੇਂ ਨਾਲ ਚੇਅਰਮੈਨ ਨੂੰ ਵੀ ਅੰਦਰ ਡੱਕ ਛੱਡਣਾ। ਖਵਾਜਾ ਸਾਹਿਬ, ਕਿਸ ਵਜ੍ਹਾ ਤੋਂ ਤੁਹਾਨੂੰ ਡੱਕ ਛੱਡਣਾ? ਮੋਬਾਈਲ ਤੁਸੀਂ ਚੁੱਕਿਆ? ਓ ਬੇਟੇ, ਪੁਲਿਸ ਵਾਲੋ ਕੇ ਪਾਸ ਇੱਕ ਸ਼ਿਕ ਬਿਲਾ ਵਜ੍ਹਾ ਵੀ ਹੋਤੀ ਹੈ। ਓਏ, ਇੰਨੀ ਛੇਤੀ ਤੇ ਦੁਕਾਨਦਾਰ ਆਪਣੀ ਜ਼ਾਤੀ ਦੁਕਾਨ ਦਾ ਸ਼ਟਰ ਨਹੀਂ ਬੰਦ ਕਰਦਾ, ਜਿੰਨੀ ਤੇਜ਼ ਥਾਣੇਦਾਰ ਬੰਦਾ ਅੰਦਰ ਸੁੱਟ ਕੇ ਹਵਾਲਾ ਦਾ ਬੂਹਾ ਬੰਦ ਕਰਦਾ। ਡਿਗਣੋ ਹਟਣਾ ਕੋਈ ਅੱਲਾ ਕੋਲੋਂ ਖੈਰ ਮੰਗ।
ਓਏ ਉਹ ਤੇ ਮੰਗੀ ਦੀ ਏ ਖੈਰ, ਪਰ ਮੇਰੇ ਕੋਲ ਲਿਖਾ ਲਾ, ਤੂੰ ਝੂਰੀ ਫੇਰ ਡਿੱਗੇਗਾ। ਓ ਯਾਰ ਖਾਜਾ ਸਾਹਿਬ, ਮੈਂ ਤਾਂ ਇਸ ਬਾਤ ਪੇ ਹੈਰਾਨ ਹੋ ਰਹਾ ਹੂੰ ਕਿ ਆਪਕੇ ਮੁਹੱਲੇ ਕੇ ਲੋਕ ਛੋਟੇ ਛੋਟੇ ਮਸਾਇਲ ਕੇ ਲੀਏ ਚੀਖ ਰਹੇ ਹੈਂ ਔਰ ਚੇਅਰਮੈਨ ਸਾਹਿਬ ਹੈ ਕਿ ਬੇਬਸ। ਬਿਲਕੁਲ। ਓ ਬਾਊ ਜੀ, ਬਲਦੀ ਆਤੀ ਹੈ, ਇਲੈਕਸ਼ਨ ਤੋਂ ਹੋਆ ਹੀ ਨਹੀਂ ਹੈ। ਅੱਛਾ, ਯੇ ਤੋ ਮੈਂ ਪਿਛਲੀ ਦਫਾ ਚੇਅਰਮੈਨ ਬਣਾ ਥਾ। ਅੱਛਾ, ਉਸ ਵਕਤ ਕਾ ਇਹਨਾਂ ਨੇ ਮੇਰਾ ਨਾਮ ਹੀ ਚੇਅਰਮੈਨ ਡਾਲ ਦਿਆ ਹੋਇਆ ਹੈ। ਮੇਰੇ ਪਾਸ ਅਹੁਦਾ ਨਹੀਂ ਹੈ ਚੇਅਰਮੈਨੀ ਕਾ ਇਸ ਵਕਤ, ਵੈਸੇ ਮੇਰਾ ਨਾਮ ਹੀ ਚੇਅਰਮੈਨ ਹੈ। ਅਬ ਤੋ ਆਪਕੀ ਭਰਜਾਈ ਵੀ ਇਹੀ ਕਹਿਤੀ ਹੈ, ਉੱਠ ਚੇਅਰਮੈਨ, ਜਾ ਕੇ ਸਬਜ਼ੀ ਲੈ ਗਿਆ। ਕਈ ਵਾਰੀ ਮਹੱਲੇ ਦੀਆਂ ਔਰਤਾਂ ਆਵਾਜ਼ ਮਾਰ ਦਿੰਦੀਆਂ ਨੇ, ਚੇਅਰਮੈਨ ਬਾਲਟੀ ਤੇ ਨਲਕੇ ਤੋਂ ਭਰ ਕੇ ਲਿਆ। ਕਿਸੇ ਲਈ ਕੋ ਬੀਬੀ ਭੈਣ ਕਹਿ ਦਿੰਦੀ ਹੈ, ਚੇਅਰਮੈਨ ਮੇਰਾ ਮੁੰਡਾ ਨੀ ਸਕੂਲੋਂ ਆਇਆ, ਜਾ ਕੇ ਵੇਖਦੇ ਸਹੀ ਕਿੱਥੇ ਰਹਿ ਗਿਆ।